ਜਲਦੀ ਸਮਝ ਰਹੇ ਹਾਂ ਤਾਂ ਕਿਵੇਂ ਕੀ ਭਾਸ਼ਾ ਸਮਝਾ ਰਹੇ ਹੋ, ਕਿਵੇਂ ਫਿਰ ਕਰ ਲੋਕਾਂ? ਆਪਣੇ ਮਾਨਯੋਗ DGP ਸਾਹਿਬ ਉਹਨਾਂ ਤੋਂ ਇਹ ਸਾਨੂੰ ਇੰਸਟਰਕਸ਼ਨਸ ਆਈ ਸੀਗੀ ਕਿ ਹਰੇਕ ਥਾਣੇ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਸਾਡੇ ਮਾਨਯੋਗ DGP ਪੰਜਾਬ ਵੱਲੋਂ ਸਾਨੂੰ ਇੰਸਟਰਕਸ਼ਨਸ ਆਏ ਸੀਗੇ ਕਿ ਲੋਕਾਂ ਨੂੰ ਜਿਹੜਾ ਅੱਜ 1 ਜੁਲਾਈ ਤੋਂ ਨਵੇਂ 3 ਕਾਨੂੰਨ ਆਪਣੇ ਲਾਗੂ ਹੋ ਰਹੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਵੇ। ਤਾਂ ਇਹਦੇ ਲਈ ਕਈ ਦਿਨਾਂ ਤੋਂ ਸਾਡੀ ਟ੍ਰੇਨਿੰਗ ਚੱਲ ਰਹੀ ਹੈ, ਅਸੀਂ ਆਪ ਵੀ ਟ੍ਰੇਨਿੰਗ ਲੈ ਕੇ ਆਏ ਹਾਂ, ਸਾਡੇ ਕਾਂਸਟੇਬਲ ਤੋਂ ਲੈ ਕੇ ਹਰੇਕ ਰੈਂਕ ਦੇ ਮੁਲਾਜ਼ਮ ਦੀ ਸਾਡੀ ਆਪਣੀ ਵੀ ਟ੍ਰੇਨਿੰਗਾਂ ਹੋਈਆਂ ਨੇ, ਜਿਹਦੇ ਵਿੱਚ PPA ਫਿਲੌਰ ਦੇ ਵਿੱਚ ਜਾ ਕੇ ਅਸੀਂ ਟ੍ਰੇਨਿੰਗ ਕੀਤੀ ਹੈ, ਕਾਫੀ ਦੀ ਟ੍ਰੇਨਿੰਗ ਆਨਲਾਈਨ ਕਰਾਈ ਗਈ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਕੋਲ ਮਟੀਰੀਅਲ ਜਿਹੜਾ ਹੈਗਾ ਆਪਣੇ ਸਟੇਟ ਦਾ ਮਟੀਰੀਅਲ ਅਸੀਂ ਪੜਿਆ ਹੈ, ਉਸ ਤੋਂ ਇਲਾਵਾ ਜਿਹੜੇ ਬਾਕੀ ਸਟੇਟਾਂ ਦੇ ਵਿੱਚ ਵੀ ਕੁਝ ਅੱਛਾ ਹੋ ਰਿਹਾ, ਨੈਸ਼ਨਲ ਜਿਹੜੇ ਪੋਰਟਲਸ ਹੈਗੇ, ਕੇਂਦਰ ਸਰਕਾਰ ਨੇ ਵੀ ਕਈ ਅੱਛੇ ਪੋਰਟਲ ਬਣਾਏ ਆ ਜਿਨ੍ਹਾਂ ਦੇ ਵਿੱਚ ਕਾਫੀ ਜਾਣਕਾਰੀ ਹੈਗੀ ਹੈ। ਤੇ ਪਹਿਲਾਂ ਤੇ ਅਸੀਂ ਇਹ ਕੀਤਾ ਕਿ ਸਾਡੇ ਹੈੱਡਕੁਆਰਟਰ ਵੱਲੋਂ DGP ਸਾਹਿਬ ਵੱਲੋਂ PPA ਫਿਲੌਰ ਦੇ ਡਾਇਰੈਕਟਰ ਵੱਲੋਂ ਸਾਰਿਆਂ ਨੂੰ ਟ੍ਰੇਨ ਕਰਾਇਆ ਗਿਆ ਹੈ। ਉਸ ਤੋਂ ਬਾਅਦ ਹੁਣ ਅੱਜ ਤੋਂ ਜਦੋਂ ਇਹ ਕਾਨੂੰਨ ਲਾਗੂ ਹੋਣੇ ਹੈ ਤਾਂ ਫਿਰ ਅਸੀਂ ਜਿਹੜੀ ਆਪਣੀ ਜਾਣਕਾਰੀ ਅਸੀਂ ਹਾਸਿਲ ਕੀਤੀ ਹੈ, ਇਕੱਠੀ ਕੀਤੀ ਹੈ, ਉਹ ਲੋਕਾਂ ਨਾਲ ਵੀ ਸਾਂਝੀ ਕਰਾਂਗੇ ਤਾਂ ਕਿ ਜਿਹੜੇ ਨਵੇਂ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ, ਜਿਹੜੇ ਕਿ ਪੀਪਲ ਫਰੈਂਡਲੀ ਪ੍ਰਾਵਧਾਨ ਹੈਗੇ, ਉਹਦੇ ਬਾਰੇ ਇਹਨਾਂ ਨੂੰ ਪਤਾ ਲੱਗ ਸਕੇ, ਆਪਣੇ ਅਧਿਕਾਰ ਦੀ ਵਰਤੋਂ ਕਿੱਦਾਂ ਕਰਨੀ ਹੈ, ਇਹਨਾਂ ਨੂੰ ਇਹ ਜਾਣਕਾਰੀ ਅਸੀਂ ਦੇਵਾਂਗੇ। ਦੇਖੋ, ਧਾਰਾਵਾਂ ਇੰਪੋਰਟੈਂਟ ਨਹੀਂ ਹੈ ਕਿ ਧਾਰਾਵਾਂ ਤਾਂ ਸੰਖਿਆ ਕਦੀ ਇੰਪੋਰਟੈਂਟ ਨਹੀਂ ਹੁੰਦੀ, ਜਿਹੜੀ ਇਹਦੀ ਇੰਟੈਂਸ਼ਨ ਹੈਗੀ ਹੈ, ਉਹ ਇੰਟੈਂਸ਼ਨ ਇਹ ਹੈਗੀ ਕਿ ਜਿਹੜਾ ਕੰਪਲੇਂਟ ਡਿਸਪੋਜ਼ਲ ਹੈ, FIR ਡਿਸਪੋਜ਼ਲ ਹੈ, ਉਹ ਟਾਈਮਲੀ ਹੋ ਜਾਏ। ਜਿਹੜੀ ਇਹ ਕੋਈ ਵੀ ਇਨਵੈਸਟੀਗੇਸ਼ਨ ਹੁੰਦੀ ਉਹਦੇ ਦੌਰਾਨ ਜਦੋਂ ਆਪਾਂ ਸਟੇਟਮੈਂਟ ਲੈ ਰਹੇ ਹਾਂ, ਕੋਈ ਰਿਕਵਰੀ ਕਰ ਰਹੇ ਹਾਂ, ਉਹਦੀ ਰਿਕਾਰਡਿੰਗ ਹੋ ਜਾਏ, ਸਾਰਾ ਜਿਹੜਾ ਕਾਫੀ ਸਾਰਾ ਕੰਮ ਜਿਹੜਾ ਹੈਗਾ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਕਰਨ ਦਾ ਇਹਦੇ ਵਿੱਚ ਹੈਗਾ, ਤਾਂ ਕਿ ਜਿਹੜੀ ਇੱਕ ਆਪਣੀ ਪੁਲਿਸਿੰਗ ਹੈ ਉਹਨੂੰ ਪੁਰਾਣੇ ਲਾਜ਼ ਹੈਗੇ, ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਸੀਗੇ, ਇਹਨਾਂ ਨੂੰ ਮਾਡਰਨ ਜ਼ਮਾਨੇ ਦੀ ਉਮੀਦਾਂ ਦੇ ਹਿਸਾਬ ਨਾਲ ਚੇਂਜ ਕਰਕੇ ਆਪਾਂ ਪੁਲਿਸ ਨੂੰ ਵੀ ਮਾਡਰਨ ਕਰੀਏ ਤੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਹੈ ਉਹਨੂੰ ਵੀ ਮੀਟ ਕਰੀਏ। ਇਹਦੇ ਵਿੱਚ ਇੱਕ EFIR ਦੀ ਗੱਲ ਕੀਤੀ ਗਈ ਹੈ, ਉਹ ਕਿਸ ਤਰ੍ਹਾਂ ਹੋਈ ਹੈ? EFIR ਦੇ ਵਿੱਚ ਕੋਈ ਵੀ ਵਿਅਕਤੀ ਜੋ ਹੈ ਉਹ ਆਪਣੇ ਆਨਲਾਈਨ ਹੀ ਰਜਿਸਟਰ ਕਰ ਸਕਦਾ ਹੈ ਕੰਪਲੇਂਟ, ਉਸ ਤੋਂ ਬਾਅਦ 3 ਦਿਨ ਦੇ ਅੰਦਰ ਉਹਨੂੰ ਸਾਈਨ ਕਰਨੇ ਹੁੰਦੇ, ਜਦੋਂ ਸਿਗਨੇਚਰ ਕਰ ਦਿੰਦਾ ਤੇ ਫਿਰ ਉਹ ਜਿਹੜਾ ਕੋਗਨੀਜੇਬਲ ਆਫੈਂਸ ਦੇ ਵਿੱਚ FIR ਦਾ ਪ੍ਰੋਸੀਜਰ ਹੈ ਉਸੇ ਤਰੀਕੇ ਨਾਲ ਚੱਲਦਾ। ਹਾਂਜੀ, ਲੇਡੀਜ਼ ਲਈ ਜਿਹੜੀ ਹੈਗੀ ਸਪੈਸ਼ਲ ਪ੍ਰੋਵੀਜ਼ਨ ਲਾਏ ਗਏ ਹੈ, ਉਹਦੇ ਵਿੱਚ ਜਦੋਂ ਉਹਨਾਂ ਦੀ ਪੁਲਿਸ ਦੇ ਜਿਹੜੇ ਬਿਆਨ ਹੋਣੇ ਪੁਲਿਸ ਦੇ ਸਾਹਮਣੇ, ਉਸ ਤੋਂ ਲੈ ਕੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਵੀ ਉਹਨਾਂ ਦੀ ਕਾਰਵਾਈ ਹੋਣੀ ਹੈ, ਲੀਗਲ ਜਿਹੜਾ ਆਗੇ ਕੋਰਟ ਦੇ ਵਿੱਚ ਚੱਲਣਾ ਹੈ, ਉਹ ਕਾਫੀ ਵੁਮਨ ਫਰੈਂਡਲੀ ਕਰ ਦਿੱਤਾ ਗਿਆ। ਵੱਡੀ ਚੇਂਜ ਤੁਹਾਨੂੰ ਕੀ ਲੱਗਦੀ ਹੈ, ਪੁਰਾਣੇ ਐਕਟ ਦੀ ਗੱਲ ਕਰੀਏ ਜਾਂ ਹੁਣ ਦੀ ਕਰੀਏ, ਵੱਡੀ ਚੇਂਜ ਜਿਹੜੀ ਸਮੇਂ ਦੀ ਲੋੜ ਸੀ ਜਿਹੜੀ ਹੁਣ ਚੇਂਜ ਹੋਈ ਹੈ? ਵੱਡੀ, ਦੇਖੋ, ਮੈਂ ਤਾਂ ਸਮਝਦਾ ਕਿ ਜਿਹੜੇ ਆਪਣੇ ਪੀਪਲ ਫਰੈਂਡਲੀ ਜੋ ਵੀ ਚੀਜ਼ਾਂ ਆਈ ਹੈ, ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਹੈ ਕਿ ਕੋਈ ਬੰਦਾ ਕੋਈ ਵਿਅਕਤੀ ਬਹਿ ਕੇ ਆਨਲਾਈਨ ਆਪਣੀ FIR ਦਰਜ ਕਰਾ ਸਕਦਾ, ਭੇਜ ਸਕਦਾ, ਬਾਅਦ ਚ ਉਹਨੂੰ ਸਾਈਨ ਕਰ ਸਕਦਾ ਹੈ, ਵਿਮਨ ਫਰੈਂਡਲੀ ਬਣਾਇਆ ਗਿਆ ਹੈ। ਉਸ ਤੋਂ ਬਾਅਦ ਕੁਝ ਓਫੈਂਸਿਸ ਦੇ ਵਿੱਚ ਜਿਹੜਾ ਹੈਗਾ ਇਹ ਕਿਹਾ ਗਿਆ ਹੈ ਕਿ ਅਰੈਸਟ ਜਿਹੜੀ ਹੈਗੀ ਹੈ ਉਹ DSP ਨੂੰ ਪੁੱਛ ਕੇ ਕੀਤੀ ਜਾਏਗੀ, ਉਸ ਤੋਂ ਇਲਾਵਾ ਨਹੀਂ ਹੋ ਸਕਦੀ। ਜਿਹੜੀ ਪਿਨਿੰਗ ਦੀ ਇਨਕੁਆਇਰੀ ਹੈਗੀ ਹੈ ਜਿਹਨੂੰ ਕਿ ਆਪਾਂ ਇਨਕੁਆਇਰੀ ਆਪਣੇ ਕਹਿੰਦੇ ਹਾਂ, ਉਹ ਇਨਕੁਆਇਰੀ 14 ਦਿਨ ਦੇ ਅੰਦਰ ਕੰਪਲੀਟ ਕਰਨ ਦਾ ਵੀ ਪ੍ਰਾਵਧਾਨ ਆਇਆ। ਇਹ ਤਾਂ ਲੋਕਾਂ ਦੇ ਜਿਹੜੇ ਹੈਗੇ ਲੋਕਾਂ ਲਈ ਉਹਨਾਂ ਦੀ ਸਹੂਲਤ ਵੀ ਬੜੇ ਅੱਛੇ ਹੈਗੇ। ਸਾਡੀ ਜਿਹੜੀ ਪੁਲਿਸ ਮਹਿਕਮੇ ਦੀ ਗੱਲ ਕਰੀਏ ਤਾਂ ਜਿਵੇਂ ਆਨਲਾਈਨ ਸਿਸਟਮ ਆ ਗਿਆ ਕਿ ਸਾਰੀ ਚੀਜ਼ ਜਿਹੜੀ ਹੈਗੀ ਅਸੀਂ ਆਨਲਾਈਨ ਟ੍ਰਾਂਸਫਰ ਕਰ ਸਕਦੇ ਹਾਂ, ਜਿਹੜਾ ਅਸੀਂ ਰਿਕਾਰਡ ਬਣਾਵਾਂਗੇ, ਇੱਕ ਜਿਹੜੀ ਐਪ ਤਿਆਰ ਕੀਤੀ ਗਈ ਉਹਦੇ ਵਿੱਚ ਅਸੀਂ ਆਡੀਓ ਵੀਡੀਓ ਰਿਕਾਰਡ ਕਰਾਂਗੇ, ਉਹ ਆਪੇ ਅੱਗੇ ਆਨਲਾਈਨ ਟ੍ਰਾਂਸਮਿਟ ਹੋ ਜਾਏਗਾ। ਜਿਹੜਾ ਚਲਾਨ ਹੈਗਾ ਉਹਨੂੰ ਵੀ ਅਸੀਂ ਆਨਲਾਈਨ ਸਬਮਿਟ ਕਰ ਸਕਦੇ ਹਾਂ।
ਤੇ ਜਿਹੜੀ ਚੀਜ਼ਾਂ ਹੈਗੀ ਸਾਡੀ ਫੋਰਸ ਨੂੰ ਵੀ ਮਾਡਰਨਾਈਜ਼ ਕਰਨਗੀਆਂ ਤੇ ਸਾਨੂੰ ਵੀ ਇਹਦੀ ਕਾਫੀ ਹੈਲਪ ਮਿਲੇਗੀ। ਇਸ ਤੋਂ ਇਲਾਵਾ ਜਿਹੜੇ ਓਫੈਂਸਿਸ ਹੈਗੇ ਉਹਦੇ ਵਿੱਚ ਜਿਹੜੇ ਕਿ ਆਰਗੇਨਾਈਜ਼ ਕ੍ਰਿਮੀਨਲਸ ਹੈਗੇ, ਆਰਗੇਨਾਈਜ਼ ਕ੍ਰਾਈਮ ਨੂੰ ਡਿਫਾਈਨ ਕੀਤਾ ਗਿਆ ਹੈ। ਪੈਟੀ ਆਰਗੇਨਾਈਜ਼ ਕ੍ਰਿਮੀਨਲ ਜਿਹੜੇ ਹੈਗੇ, ਜਿਹੜੇ ਕੋਈ ਸਨੈਚਰਾਂ ਦੇ ਗੈਂਗ ਕੰਮ ਕਰਦੇ ਆ, ਕੋਈ ਐਗਜ਼ਾਮਿਨੇਸ਼ਨ ਦੇ ਪੇਪਰ ਲੀਕ ਕਰਨ ਵਾਲੇ ਗੈਂਗ ਕੰਮ ਕਰਦੇ ਆ, ਉਹਨਾਂ ਦੀ ਨਵੀਂ ਪਰਿਭਾਸ਼ਾ ਦੇ ਵਿੱਚ ਪਾਈ ਗਈ ਹੈ। ਇਸ ਤੋਂ ਇਲਾਵਾ ਕਈ ਓਫੈਂਸਿਸ ਇਹੋ ਜਿਹੇ ਆਈਡੈਂਟੀਫਾਈ ਕੀਤੀ ਹੈ ਜਿਹਦੇ ਵਿੱਚ ਕਿ ਹੁਣ ਤੱਕ ਤਾਂ ਅਸੀਂ ਸਿਰਫ NDPS ਦੇ ਕੇਸਾਂ ਦੀ ਪ੍ਰੋਪਰਟੀ ਅਟੈਚਮੈਂਟ ਦੀ ਗੱਲ ਕਰਦੇ ਸੀਗੇ, ਹੁਣ ਕਾਫੀ ਸਾਰੇ ਕੇਸਾਂ ਦੇ ਵੀ ਜਿਹੜੇ ਦੋਸ਼ੀ ਹੈਗੇ ਹੈ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਕੇ ਫਾਈਨੈਂਸ਼ੀਅਲ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲੀ ਹਰਟ ਕਰ ਸਕਦੇ। ਸਾਈਬਰ ਕ੍ਰਾਈਮ ਲਾਅ ਜਿਹੜਾ ਹੈਗਾ ਆਲਰੇਡੀ ਨਵਾਂ ਲਾਅ ਹੈਗਾ ਤੇ ਰੀਸੈਂਟਲੀ ਉਹ ਅਮੈਂਡ ਹੋਇਆ ਵੀ ਸੀਗਾ, ਸੋ ਇਟ ਇਜ਼ ਅ ਕੰਪੈਰੀਟਿਵਲੀ ਨਿਊ ਲਾਅ ਜਿਹੜਾ ਇਹ ਹੈਗਾ। ਇਹ ਤਾਂ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਵੇਂ ਲਾਅ ਹੈਗੇ ਉਹਦੇ ਬਰਾਬਰ ਆਪਾਂ ਪੁਰਾਣੇ ਲਾਅ ਨੂੰ ਲਈਏ।